भगवंत मान खुद करवा रहा, खुद खुद नशा करता सी, उह साडी अज दी जनरेशन नूं की कहूगा वी नशा ना करो, क्योंकि पुलिस प्रशासन खुद ही काम करा रहा है। किसी रौले दे विच पुलिस प्रशासन कुछ भी नहीं करता, सिर्फ एक तमाशा देखता। पंजाब अंदर लगातार बढ़ रहा नशा नौजवानों लई मौत का कारण बन रहा है। नौजवान नशे कारण मौत के मूँह च जा रहे ने, जिथे वख वख जथेबंदियां वख वख पिंड पिंड ने जिहड़े नशे खिलाफ लामबंद हो रहे ने, उत्थे ही हुण भारतीय किसान यूनियन उगराहां ने भी नशे खिलाफ झंडा चुकिया ते अज पंजाब दे उन्हां 92 विधायकां दे बाहर अगे धरना दिता जा रहा है, जिन्हां नूं लोकां ने बड़ियां उम्मीदां नाल चुनिया सी। एक टाइम रोटी ना मिलू सर जूगा, पर जदों पुत नशे दे लग जांदा बहुत औखा हुंदा। किन्नी क मुश्किल हैगी? ਵਾਧੂ ਜਿੰਨੀ ਵੀ ਆਖਦੇ ਉਹਨੂੰ ਹੀ ਹੈ। ਜਿਨ੍ਹਾਂ ਦੇ ਦੋ ਉਹ ਵੀ ਰੋਂਦੇ, ਜਿਨ੍ਹਾਂ ਦੇ ਇੱਕ ਉਹ ਵੀ ਰੋਂਦਾ, ਜਿਨ੍ਹਾਂ ਦੇ ਹੈ ਨਹੀਂ ਉਹ ਵੀ ਰੋਂਦੇ ਹੈਗੇ। ਵਾਧੂ ਕਰਦੇ ਆ ਜੀ, ਮੰਦਾ ਹਾਲ ਹੈ ਪਿੰਡਾਂ ਦਾ ਵਿੱਚ ਹੁਣ, ਕਿਉਂਕਿ ਪੁਲਿਸ ਪ੍ਰਸ਼ਾਸਨ ਖੁਦ ਹੀ ਕੰਮ ਕਰਾ ਰਿਹਾ ਹੈਗਾ। ਤਾਰਾਂ ਮੋਟਰਾਂ ਦੀਆਂ ਲੈ ਰਹੀਆਂ ਨੇ, ਔਰਤਾਂ ਦੇ ਕੰਨ ਪੱਟੇ ਜਾਂਦੇ ਹੈਗੇ। ਕਿਸ ਲਈ? ਸਿਰਫ ਉਹ ਨਸ਼ਿਆਂ ਦੀ ਖਾਤਰ ਕਰਦੇ ਹੈਗੇ ਆ। ਪੁਲਿਸ ਲੈ ਜਾਂਦੀ ਆ, 2 ਘੰਟਿਆਂ ਬਾਅਦ ਆਖ ਦਿੰਦੇ ਹੈਗੇ ਆ ਉਹਨਾਂ ਦਾ ਤਾਂ ਖਤਮ ਹੋ ਗਿਆ ਹੈਗਾ। ਅਸੀਂ ਇਹ 'ਚ ਕੁਛ ਵੀ ਨਹੀਂ ਕਰ ਸਕਦੇ, ਕਿਸੇ ਰੌਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਕੁਛ ਵੀ ਨਹੀਂ ਕਰਦਾ ਗਾ, ਸਿਰਫ ਇੱਕ ਤਮਾਸ਼ਾ ਦੇਖਦਾ ਹੈਗਾ। ਗੌਰਮੈਂਟ ਕਰਾ ਰਹੀ ਹੈਗੀ, ਭਗਵੰਤ ਮਾਨ ਖੁਦ ਕਰਵਾ ਰਿਹਾ, ਖੁਦ ਖੁਦ ਨਸ਼ਾ ਕਰਦਾ ਸੀ, ਉਹ ਸਾਡੀ ਅੱਜ ਦੀ ਜਨਰੇਸ਼ਨ ਨੂੰ ਕੀ ਕਹੂਗਾ ਵੀ ਨਸ਼ਾ ਨਾ ਕਰੋ। ਉਹਨਾਂ ਦਾ ਵਪਾਰ ਕੋਈ ਸਾਡੇ ਸੋਚ ਮੁਤਾਬਕ ਨਹੀਂ ਚੱਲ ਰਿਹਾ ਹੈਗਾ। ਸਿਰਫ ਉਹਨਾਂ ਦਾ ਇਹੀ ਹੈ ਵੀ ਨਸ਼ਾ ਜਿੰਨਾ ਵੀ ਹੋ ਸਕੇ ਨੌਜਵਾਨ ਪੀੜ੍ਹੀ ਨੂੰ ਖਤਮ ਕੀਤਾ ਜਾਵੇ। ਸਾਡੀਆਂ ਨੌਜਵਾਨ ਪੀੜ੍ਹੀ ਨੂੰ ਖਤਮ ਨਹੀਂ ਕਰ ਰਹੇ, ਸਾਡੀਆਂ ਪ੍ਰਾਪਰਟੀਆਂ ਨੂੰ ਖਤਮ ਕਰ ਰਹੇ ਹੈਗੇ, ਜਿਹੜੀ ਕਿ ਮੋਦੀ ਸਾਹਿਬ ਨਹੀਂ ਲੈ ਸਕੇ ਹੈਗੇ। ਸਿਰਫ ਹੁਣ ਪਾਣੀਆਂ ਵਿੱਚ ਵੀ ਨਸ਼ਾ, ਅਸੀਂ ਪਾਣੀ ਨਹੀਂ ਪੀ ਸਕਦੇ ਬਾਹਰੋਂ ਲੈ ਕੇ, ਇਸ ਲਈ ਨਹੀਂ ਪੀ ਸਕਦੇ ਕਿਉਂਕਿ ਪਾਣੀ ਦੇ ਵਿੱਚ ਵੀ ਸਾਡੇ ਬੱਚਿਆਂ ਲਈ ਨਸ਼ਾ ਹੀ ਨਸ਼ਾ ਹੈਗਾ। ਕਹਿੰਦੇ ਜੀ ਹੁਣ ਕੂਲ ਲਿਪਾਂ ਤੇ ਲੱਗ ਗਏ, ਕੱਲੇ ਕੂਲ ਲਿਪਾਂ ਹੀ ਮਿਲਦੀਆਂ ਨੇ, ਇਹ ਕੀ ਬਣੂ ਪੰਜਾਬ ਦਾ? ਤੁਸੀਂ ਹੁਣ ਝੰਡਾ ਲੈ ਕੇ ਤੁਰੇ ਹੋ ਨਸ਼ੇ ਦੇ ਖਿਲਾਫ, ਪਹਿਲਾਂ ਕਿਸਾਨੀ ਬਚਾ 3 ਕਾਨੂੰਨਾਂ ਦੇ ਖਿਲਾਫ ਚੱਲੇ, ਲੱਗਦਾ ਨਸ਼ਾ ਬੰਦ ਹੋ ਜੂ, ਸਰਕਾਰ ਨੇ ਦਾਅਵੇ ਬਹੁਤ ਕੀਤੇ ਸੀਗੇ। ਦੇਖੋ ਸਾਨੂੰ ਹੈਗੇ ਲੋਕਾਂ ਤੇ ਆਸ, ਜਦੋਂ ਕਿਸੇ ਗੱਲ ਨੂੰ ਲੋਕ ਅਪਣਾ ਲੈਣ ਉਹ ਬੰਦ ਕਰ ਦਿੰਦੇ ਆ। ਪਿਛਲਾ ਇਤਿਹਾਸ ਪਿਆ ਇੱਥੇ, ਅਸੀਂ ਸੁਣਦੇ ਰਹੇ ਹਾਂ ਬਜ਼ੁਰਗਾਂ ਤੋਂ, ਤੁਹਾਡੀ ਉਮਰ ਤਾਂ ਮੇਰੇ ਨਾਲ ਛੋਟੀ ਹੈ, ਜਦੋਂ ਇੱਥੇ ਆਜ਼ਾਦੀ ਦੀ ਲੜਾਈ ਚੱਲਦੀ ਸੀ ਉਦੋਂ ਵੀ ਲੋਕ ਕਹਿੰਦੇ ਸੀ ਅੰਗਰੇਜ਼ਾਂ ਨੂੰ ਇੱਥੋਂ ਕੌਣ ਪਿੱਛੇ ਕੱਢ ਦੂ, ਪਰ ਜਦੋਂ ਹਿੰਦੁਸਤਾਨ ਦਾ ਜੀਓ ਜੀ ਇਹ ਕਹਿਣ ਲੱਗ ਗਿਆ ਵੀ ਅਸੀਂ ਰਹਿਜੇ ਨਾ ਰਹਿਜੇ, ਠੀਕ ਹੈ ਜਿਹੜੇ ਸਾਡੇ ਸੁਪਨੇ ਉਹਨਾਂ ਭਗਤ ਸਰਾਭਿਆਂ ਨੇ ਲਏ ਸੀ, ਉਹਨਾਂ ਦੇ ਸੁਪਨੇ ਦੀ ਆਜ਼ਾਦੀ ਨਹੀਂ ਆਈ, ਪਰ ਉਹਨਾਂ ਨੂੰ ਪਰਦੇ ਪਿੱਛੇ ਤਾਂ ਹੋਣਾ ਪਿਆ। ਐਂ ਦਿੱਲੀ ਅੰਦੋਲਨ ਨੇ ਦਿਖਾਇਆ, ਕੌਣ ਕਹਿੰਦਾ ਸੀ ਵੀ ਮੋਦੀ ਡਿੱਗ ਪਊਗਾ, ਜਿਹੜੀ ਜਦੋਂ ਤਾਕਤ ਲੋਕਾਂ ਦੀ ਉਸਰ ਗਈ ਇਹਨਾਂ ਨੂੰ ਪਲਟਾ ਮਾਰ ਦੇਣਗੇ, ਇਹ ਸਵਾਲ ਹੈ ਇਸ ਗੱਲ ਦਾ। ਇਹ ਅਸੀਂ ਤਾਂ ਲਹਿਰ ਬਣਾਉਣ ਚੱਲੇ ਹਾਂ ਇਸ ਗੱਲ। ਬਿਲਕੁਲ, ਇਹ ਸਨ ਕਿਸਾਨ ਆਗੂ ਜਿਨ੍ਹਾਂ ਨੇ ਇੱਥੇ ਲੋਕਾਂ ਨੂੰ ਸੱਦਾ ਦਿੱਤਾ ਕਿ ਨਸ਼ੇ ਖਿਲਾਫ਼ ਅੱਗੇ ਆਓ, ਅਤੇ ਇਹਨਾਂ ਨੇ ਇਹ ਵੀ ਕਿਹਾ ਕਿ ਲਹਿਰ ਹੈ ਜਿਹੜੀ ਹੁਣ ਸ਼ੁਰੂ ਕੀਤੀ ਹੈ, ਅਤੇ ਲਹਿਰ ਨੇ ਬਹੁਤ ਅੱਗੇ ਜਾਣਾ, ਲਹਿਰ ਜਦੋਂ ਪੂਰ ਪੀਕ 'ਤੇ ਪਹੁੰਚੀ ਤਾਂ ਆਖਿਰਕਾਰ ਨਸ਼ਾ ਪੰਜਾਬ 'ਚੋਂ ਖਤਮ ਕਰਕੇ ਰਹਿਣਗੇ। ਮਨੀਸ਼ ਗਰਗ, PTC ਨਿਊਜ਼, ਬਠਿੰਡਾ।